ਸਤਿਕਾਰਯੋਗ ਸ਼ਖਸੀਅਤ ਸਵਰਗੀ ਸਰਦਾਰ ਤਰਲੋਕ ਸਿੰਘ ਜੀ ਬੀਤੇ ਦਿਨ ਪਰਮਾਤਮਾ ਪਾਸੋਂ ਬਖਸ਼ੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ਼੍ਰੀ ਅਖੰਡਪੁਰ ਸਾਹਿਬ ਜੀ ਦੇ ਪਾਠ ਅਤੇ ਭੋਗ ਨਿਵਾਸ ਅਸਥਾਨ ਪਿੰਡ ਅਤੇ ਡਾਕਖਾਨਾ ਮਰਗਿੰਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਪਾਏ ਗਏ ਅਤੇ ਅੰਤਿਮ ਅਰਦਾਸ ਵੀ ਕਰਵਾਈ ਗਈ। ਇਸ ਮੌਕੇ 'ਤੇ ਰਾਗੀ ਸਿੰਘਾਂ ਵੱਲੋਂ ਵਿਰਾਗਮਈ ਕੀਰਤਨ ਵੀ ਕੀਤਾ ਗਿਆ। ਸਵਰਗੀ ਸਰਦਾਰ ਤਰਲੋਕ ਸਿੰਘ ਜੀ ਨੂੰ ਇਲਾਕੇ ਦੀਆਂ ਹੋਰ ਵੀ ਮਾਨਯੋਗ ਸ਼ਖਸੀਅਤਾਂ ਸ਼ਰਧਾਂਜਲੀ ਦੇਣ ਲਈ ਪੁੱਜੀਆਂ ਅਤੇ ਆਈਆਂ ਹੋਈਆਂ ਸੰਗਤਾਂ ਦਾ ਇਹਨਾਂ ਦੇ ਪਰਿਵਾਰ ਵੱਲੋਂ ਧੰਨਵਾਦ ਵੀ ਕੀਤਾ ਗਿਆ।
ਪੰਛੀ ਵੀ ਆਪਣਾ ਘਰ ਬਾਰ ਬਣਾਉਂਦੇ ਨੇ, ਉਹ ਵੀ ਆਪਣੇ ਬੱਚੇ ਪਾਲਦੇ ਨੇ। ਜੇਕਰ ਤੂੰ ਇਤਨੀ ਕੁ ਜ਼ਿੰਮੇਵਾਰੀ ਸਮਝਣੀ ਹੈ ਤੇ ਫਿਰ ਤੇਰੇ ਵਿੱਚ ਤੇ ਉਹਨਾਂ ਪਸ਼ੂ ਪੰਛੀਆਂ ਵਿੱਚ ਕੀ ਫਰਕ ਹੋਇਆ। ਇਸ ਕਰਕੇ ਇਹ ਜਿਹੜੀ ਮਨੁੱਖਾ ਚੋਣ ਸਾਨੂੰ ਮਿਲੀ ਹੈ ਇਹ ਬੜੇ ਵੱਡੇ ਭਾਗਾਂ ਦੇ ਨਾਲ ਮਿਲੀ ਹੈ, ਬੜੇ ਵੱਡੇ ਕਰਮਾਂ ਦੇ ਨਾਲ ਮਿਲੀ ਹੈ। ਸਤਿਗੁਰ ਜੀ ਕਹਿੰਦੇ ਨੇ ਜਿੱਥੇ ਜਿੱਥੇ ਤੂੰ ਦੁਨਿਆਵੀ ਕੰਮ ਕਰਨੇ ਨੇ ਉੱਥੇ ਉੱਥੇ ਬੰਦਗੀ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ, ਕਿਸੇ ਲੋੜਵੰਦ ਦੀ ਸਹਾਇਤਾ ਵੀ ਕਰਨੀ ਹੈ, ਚੰਗੇ ਕੰਮ ਕਰਨੇ ਨੇ ਜਿਹੜੇ ਤੇਰੇ ਨਾਲ। ਅਸੀਂ ਸਾਰੇ ਜਾਣਦੇ ਹਾਂ ਕਿ ਸੰਸਾਰ ਤੋਂ ਜਦੋਂ ਇਨਸਾਨ ਚਲੇ ਜਾਂਦਾ ਹੈ ਨਾਲ ਕੁਝ ਵੀ ਨਹੀਂ ਜਾਂਦਾ, ਖਾਲੀ ਹੱਥ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਾਲ ਕੀ ਜਾਣਾ ਹੈ, ਚੰਗੇ ਕਰਮ ਅਤੇ ਮਾੜੇ ਕਰਮ, ਚੰਗੇ ਕੀਤੇ ਹੋਏ ਕੰਮ ਨਾਲ ਜਾਣੇ ਨੇ। ਸਤਿਗੁਰੂ ਜੀ ਗੁਰਬਾਣੀ ਚ ਸਮਝਾਉਂਦੇ ਨੇ ਆਸਾ ਦੀ ਵਾਰ ਦੀਆਂ ਪੌੜੀਆਂ ਦੀਆਂ ਪੰਕਤੀਆਂ ਹਨ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਬੇਨਤੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਕੇ ਆਏ, ਫਿਰ ਅੰਗਦ ਤੇ ਗੁਰ ਅਮਰਦਾਸ ਰਾਮਦਾਸ ਹਰੀ ਸਹਾਏ, ਅਰਜਨ ਹਰ ਗੋਬਿੰਦ ਨੂੰ ਗੁਰਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨੌਨ ਦਿਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀ ਤਰ ਦਸ਼ਮੇਸ਼ ਪਿਤਾ, ਚਿੱਟਿਆਂ ਬਾਜਾਂ ਵਾਲੇ ਸਰਬੰਸ ਦਾਨੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਪੰਜਾਂ ਪਿਆਰਿਆਂ ਆਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀ ਤਰ ਦਸ਼ਮੇਸ਼ ਪਿਤਾ, ਚਿੱਟਿਆਂ ਬਾਜਾਂ ਵਾਲੇ ਸਰਬੰਸ ਦਾਨੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਸਠ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਜਿਨ੍ਹਾਂ ਸੁਣਾ ਸੁਣੀਆਂ ਧਰਮ ਹੇ ਸੀ ਦਿੱਤੇ, ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ, ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਕਰੋ ਨਾਮ ਦਾਨ, ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਦੇ ਹੋਏ ਆਪਣੇ ਸ਼ੁਭ ਉਪਦੇਸ਼ ਬਖਸ਼ੋ, ਸੁਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬੋਲੇ।
दिन आया। सुपने का सुपना पया संग चलिया तुमाया। राणा रावना को रहे रंगना तंग फकीर। वारी आपो अपने कोई ना बंधे ती। गुरबाणी कह सेवक जन मन प्रताख गुरु निसारे। दर्शन परसया गुरु का जन्म मरण दुख जाए। होवै सिद्ध तुख सामले नूर अरसों पुरसों चटिया। खुद लिखे सत्य पातशाह माल जन्म जन्म दे कटिया। सज्जन सच्चा पातशाह से शाम दशा हो। जिस पास बहतिया सोहिया सबना दा वेसा हो। वाहिगुरु साहब जी। गुरबाणी का फरमान है मरण लिखाए मंडल में आए। चाहे इंसान की कितनी भी आयु होवे छोटी तो छोटी वड्डी। जिस तरह के साडे चाचा जी सरदार तलोक सिंह जी की 94-95 साल के लगभग आरजू सी बतीत करके अपने को चले गए ने। हर एक इंसान ने ही जो भी दुनिया से आया है एक दिन उसने इतों चले जाना है। पर चंगे माड़े इंसान के कर्मां का जो कि वह दुनिया से रहिंदा करता है उसका लेखा उसनू अकाल पुरख की दरगाह भी देना पैंदा है। इत्थे भी जिन्हें चंगे काम किए ने चंगे गुण किए ने उहदी वडियाई हुंदी आ। साडे बजुर्गां ने किवें दी जिंदगी हंडाई आपां सारे उहनां नाल सांझ रखण वाले बैठे। सतगुरु दे हुक्म दे अंदर रह के उन्होंने अपनी जिंदगी नूं बतीत कीती। अपने परिवार नूं चंगी सिक्ख्या दित्ती चंगे संस्कार दित्ते। जिथे उन्होंने अपने परिवार प्रति बनदियां जिम्मेवारियां नूं निभाया जिवें जिक्र भी होया है ते आपां सारे जाणदे हां। उन्होंने समाज प्रति भी और देश प्रति भी अपनी बनदियां जिम्मेवारियां नूं बड़ी चंगी तरह निभाया। पिंड दे सरपंच भी रहे जिवें सरपंच साहब भी जिक्र करके गए ने कि जदों उन्होंने सरपंची की और पिंड के सांझे कम्मां वाले पासे उन्होंने ध्यान दिता। साडा वीर गुरविंदर सिंह आस्ट्रेलिया बैठा गल हुई सी उहदे वल्लों ते वीर हरजिंदर सिंह जो स्कूल की कमेटी के चेयरमैन ने सेवा निभा रहे उन्होंने आई संत का धन्यवाद। उन्होंने हुक्म बेनती है कि आई संत प्रशादा अपनी छक के जाना। वाहेगुरु जी का खालसा वाहेगुरु जी की फतह। सतनाम वाहेगुरु सतनाम वाहेगुरु सतनाम आनंद गुण निदान चिंता का चिंता का
पशु पंछी भी अपना घर बार बनाते ने, वह भी अपने बच्चे पालते ने। जेकर तू इतनी कोई जिम्मेवारी समझनी है तो फिर तेरे विच ते उन्हां पशु पंछियों विच की फर्क होया। इस करके ये जिहड़ी मनुखा जुण सानू मिली है ते बड़े वड्डे भागां दे नाल मिली है, बड़े वड्डे कर्मां दे नाल मिली है। सतगुरु जी कहिंदे ने जिथे जिथे तू दुनियावी काम करने ने उत्थे उत्थे बंदगी भी करनी है, सिमरन भी करना है, किसी लोड़वंद की सहायता भी करनी है, चंगे काम करने ने जिहड़े तेरे नाल। असीं सारे जाणदे हाँ कि संसार तो जो इंसान चले जाता है नाल कुछ भी नहीं जाता, खाली हाथ जाता है। इस करके सतगुरु जी कहते हैं नाल की जाना है, चंगे कर्म अते माड़े कर्म, चंगे कीते हुए काम नाल जाने ने। सतगुरु जी गुरबाणी की समझाते हैं आसा की वार दियां पौड़ियां दियां पंक्तियां हन, कपड़ रूप सुहावना छड दुनिया अंदर जावना, ये नाल जाने ने। मंदा चंगा अपना आपे ही पिता पावना, हुकम किए मन पाव दे राहे कीड़े अगे जावना, नंगा तो जग चालिया तांदी सह खरा डरावना, कर अवगण पछुतावना। सतगुरु जी कहते हैं जेडे माड़े कर्म किते होणगे फिर उन्हां दा सानूं पछताउणा पवेगा, उसकी सजा मिलेगी। धर्म राए जब लेखा मंगे क्या मुख लेके जाए, सतगुरु जी कहते हैं उत्थे सुवासां दा हिसाब होना है, उत्थे कर्मां दा हिसाब होना है, उत्थे फिर सतगुरु जी कहते हैं लेखा देना पैना है। नानक किस नूं आखीए बिन पुछिया ही लै जाए, किस नूं दोष दईए जो इंसान संसार तो जाता है सारा परिवार रोंदा रह जाता है। तरले मारते ने पर परमात्मा पता नहीं जीव नूं कित्थे रह जाता है। सतगुरु जी कहते ने जिहड़ी चीज का जिहड़ा मालक होवे वो अपनी चीज लै जाता है, जिहड़ी साडे शरीर विच जोत है जिसनूं असीं आत्मा कहते हाँ सतगुरु जी कहते ने उसका मालक है परमात्मा। मन तू जो स्वरूप है अपना मूल पछाण, ऐ मन ऐ इंसान सतगुरु जी कहते ने कदे सोचा है कि तेरे जेडे अंदर जोत है तेरे अंदर जेडी आत्मा है वो परमात्मा दे विचों निकली है, परमात्मा उसका मालक है। मन तू जोत स्वरूप है अपना मूल पछाण, कदी ये सोचा है। इस करके सतगुरु जी कहते ने ये जड़ी आत्मा है इसका मालक है परमात्मा, ते जो परमात्मा की मर्जी होंगी है जीवन संसार से भेजता है, ते जो हुक्म आ जाता है जीवन संसार को लै जाता है। सतगुरु जी गुरबाणी में उदाहरण देंगे ने कहते ने काची पाकी बाढ़ पुराना, जिस तरह किसान फसल को बीजता है ते उस दा फसल दा Thank you.
ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ।
ਸੰਸਕ੍ਰਿਤ ਮੇਂ ਸਬਦ ਖਾਲਸਾ ਜੀ ਕੀ ਅਰਦਾਸ ਹੈ ਜੀ। ਸਬਦ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤ ਆਵੈ, ਨਾਮ ਚਿੱਤ ਆਉਣ ਦਾ ਸਤਿਕਾਰ ਸਦ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਕੇ ਫਤਿਹ ਬਿਰਦ ਕੀ ਪਾਏ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲੇ ਬਾਲੇ ਬੋਲੋ ਜੀ ਸ੍ਰੀ ਵਾਹਿਗੁਰੂ। ਬਖਸ਼ੋ ਜੀ ਆਪ ਜੀ ਦੇ ਗੁਰਸਿੱਖਾਂ ਨੂੰ ਗੁਰਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰਿਆ ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲਹਿ ਕੀਚੈ ਅਰਦਾਸ। ਹੇ ਪਤ ਪਾਵਨ ਅੰਤਰ ਜਾਮੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹ ਦੀ ਆਤਮਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਉਹ ਸਤਿਗੁਰੂ ਸੇ ਪਿਤਾ ਵਾਹਿਗੁਰੂ। ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਅਰਦਾਸ ਬਿਨੇ ਬੇਨਤੀ ਅਰਦਾਰ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦਾ ਪਵਿੱਤਰ ਹੁਕਮਨਾਮਾ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੀ ਉੜ ਜਾਏ। ਰਾਣਾ ਰਾਓ ਨਾ ਕੋਰ ਹੈ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੇ ਧੀਰ। ਦੇ ਪਵਿੱਤਰ ਮਹਾਂਵਾਕਾਂ ਅਨੁਸਾਰ ਤਾਰ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਸਰਕਰ ਦੇ ਸੇਵਕ, ਪ੍ਰੀਤਵਾਨ ਸ਼ਰਧਾਲੂ ਭਾਈ ਸਾਹਿਬ ਭਾਈ ਤਲੋਕ ਸਿੰਘ ਜੀ ਦਾਰ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਭੇਜੇ ਹੋਏ ਇਸ ਸਮਾਤ ਲੋਕ ਉੱਪਰ ਆਏ ਸਨ, ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਆਰਜੂ ਨੂੰ ਭੋਗਦੇ ਹੋਏ, ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ, ਇਸ ਸੰਸਾਰ ਉੱਪਰ ਯਾਤਰਾ ਤੈਅ ਕਰਦੇ ਹੋਏ, ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਹੋਏ ਹਨ, ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਆ ਪੁੱਜੇ ਹੋਏ ਹਨ ਦਾਰ ਪਾਤਸ਼ਾਹ ਜੀ ਮਹਾਰਾਜ। ਤਿਨ੍ਹਾਂ ਦੀ ਆਤਮਕ ਸ਼ਾਂਤੀ ਦੇ ਵਾਸਤੇ, ਕਲਿਆਣ ਦੇ ਵਾਸਤੇ, ਪਿੱਛੋਂ ਤਿਨ੍ਹਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਇਕੱਤਰਤਾਈ ਕਰਕੇ ਆਪ ਜੀ ਦਾ ਪਵਿੱਤਰ ਸਰੂਪ ਗ੍ਰਹਿ ਵਿਖੇ ਲਿਆ ਕਰਕੇ ਬਖਸ਼ਿਸ਼ ਕੀਤੀ ਹੋਈ ਦਾਤ, ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਪ੍ਰਾਰੰਭ ਕਰਵਾਉਣੇ ਕੀਤੇ ਗਏ ਸਨ, ਜਿਸ ਦਾ ਭੋਗ ਪੈ ਤਾਰ ਪਾਤਸ਼ਾਹ ਜੀ ਮਹਾਰਾਜ, ਉਪਰੰਤ ਤਾਰ ਪਾਤਸ਼ਾਹ ਜੀ ਮਹਾਰਾਜ ਆਪ ਜੀ ਦਾ ਪਵਿੱਤਰ ਸਰੂਪ ਸੋਹਣੇ ਸਜੇ ਹੋਏ ਪੰਡਾਲ ਦੇ ਵਿੱਚ ਖੁੱਲੀ ਜਗ੍ਹਾ ਤੇ ਲਿਆ ਕਰਕੇ ਤਾਰ ਪਾਤਸ਼ਾਹ ਜੀ ਮਹਾਰਾਜ, ਰਾਗੀ ਸਿੰਘਾਂ ਨੇ ਤਾਰ ਪਾਤਸ਼ਾਹ ਜੀ ਮਹਾਰਾਜ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਮਾਣ ਜੀਓ, ਕੇਸੋ ਗੋਪਾਲ ਪੰਡਿਤ ਸੱਜਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਦੇ ਪਵਿੱਤਰ ਮਹਾਂਵਾਕਾਂ ਅਨੁਸਾਰ ਤਾਰ ਪਾਤਸ਼ਾਹ ਜੀ ਮਹਾਰਾਜ, ਰਾਗੀ ਸਿੰਘਾਂ ਨੇ ਵੈਰਾਗਮਈ ਮਨੋਹਰ ਕੀਰਤਨ ਕੀਤਾ ਹੈ ਤਾਰ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਹਰ ਜਸ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੋਂ ਤੋਂ ਸ਼ੁੱਧ ਬਾਣੀ ਪੜ੍ਹਨ ਸੇਵਾ ਕਰਨ ਦੀ ਸਮਰੱਥ ਬਖਸ਼ਿਸ਼ ਕਰਨੀ, ਇਸ ਮਹਾਨ ਗੁਰਬਾਣੀ ਅਤੇ ਕੀਰਤਨ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ, ਤਿਨ੍ਹਾਂ ਨੂੰ ਟੇਢੀਆਂ ਜੂਨਾਂ ਤੋਂ ਬਚਾ ਕੇ 84 ਦੇ ਚੱਕਰ ਤੋਂ ਰੱਖ ਕੇ ਆਪਣੇ ਪਵਿੱਤਰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਹੈ ਤਾਰ ਪਾਤਸ਼ਾਹ ਜੀ ਮਹਾਰਾਜ। ਇਸੇ ਹੀ ਭਾਣੇ ਅੰਦਰ ਦਤਾਰ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤਮਈ ਪਵਿੱਤਰ ਕੜਾਹ ਪ੍ਰਸ਼ਾਦ ਜੀ ਕੀ ਦੇਗ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਇਸ ਵੇਲੇ ਆਪ ਜੀ ਦੇ ਦਰ ਤੇ ਤਿਲ ਫੁੱਲ ਲੈ ਕੇ ਹਾਜ਼ਰ ਹੋਇਆ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ, ਸਰਬਤ ਸੰਗਤਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਦੇ ਹੋਏ ਆਪਣੇ ਸ਼ੁਭ ਉਪਦੇਸ਼ ਬਖਸ਼ੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਦੋਹਰਾ ਆਗਿਆ ਪਏ ਅਕਾਲ ਕੇ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ, ਜੋ ਪ੍ਰਭ ਕੋ ਮਿਲ ਪੋਚੈ ਖੋਜ ਸ਼ਬਦ ਮੈਨੇ, ਰਾਜ ਕਰੇਗਾ ਖਾਲਸਾ ਆਖੀ ਰਹਿ ਨ ਕੋਈ, ਖੁਆਰ ਹੋਏ ਸਭ ਮਿਲੇਗੇ ਬਚੇ ਸ਼ਬਦ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਪਾਰ, ਜੋ ਸ਼ਰ
ਸਰਦਾ ਕਰ ਸੇਮ ਦੇ ਸਤਿਗੁਰ ਪਾਰੇ ਤਾਰਨਹਾਰ ਬੁਰੇ ਸੋਨਿਹਾਰ ਕਿਰਪਾਲ ਵੇਖਤ ਲੀਲਾ ਰੰਗ ਰੂਪ ਚੱਲਣੇ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚੱਲਿਆ ਤਮਾਇਆ ਰਾਣਾ ਰਾਵਣਾ ਕੋ ਰਹਿ ਰੰਗ ਨਾ ਤੰਗ ਫਕੀਰ ਵਾਰੀ ਆਪੋ ਆਪਣੇ ਕੋਈ ਨਾ ਬੰਧੇ ਤੀਰ ਜਿਹਾ ਚੀਰੀ ਲਿਖਿਆ ਇਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਬਾਣੀ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸੁਖ ਗੁਰ ਸੇਵੀਐ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਮਾਲ ਜਨਮ ਜਨਮ ਦੇ ਕੱਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦਸ਼ਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ ਵਾਹਿਗੁਰੂ ਸਾਹਿਬ ਜੀ। ਬੜੇ ਹੀ ਵਧੀਆ ਤਰੀਕੇ ਨਾਲ ਪਿੰਡ ਦੇ ਵਿੱਚ ਇੱਕ ਸਾਂਝੇ ਬੰਦੇ ਤੌਰ 'ਤੇ ਬਿਨਾਂ ਪਾਰਟੀ ਵਾਲੀ ਤੋਂ ਇਹਨਾਂ ਨੇ ਸੇਵਾ ਕੀਤੀ। ਸੋ ਸਾਡੇ ਵੀਰ ਦਰਸ਼ਨ ਸਿੰਘ ਜੋ ਕਿ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਨੇ ਉਹ ਵੀ ਉਹਨਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ ਅਤੇ ਅਰਜ ਕਰਦਾ ਹਾਂ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ ਮਰਨ ਲਿਖਾਏ ਮੰਡਲ ਮੈਂ ਆਏ। ਚਾਹੇ ਇਨਸਾਨ ਦੀ ਕਿਤਨੀ ਵੀ ਆਰਜ਼ੂ ਹੋਵੇ, ਛੋਟੀ ਤੋਂ ਛੋਟੀ ਵੱਡੀ, ਜਿਸ ਤਰ੍ਹਾਂ ਕਿ ਸਾਡੇ ਚਾਚਾ ਜੀ ਸਰਦਾਰ ਤਲੋਕ ਸਿੰਘ ਜੀ ਦੀ 94-95 ਸਾਲ ਦੇ ਲਗਭਗ ਆਰਜ਼ੂ ਸੀ, ਬਤੀਤ ਕਰਕੇ ਆਪਣੇ ਕੋਲੋਂ ਚਲੇ ਗਏ ਨੇ। ਹਰ ਇੱਕ ਇਨਸਾਨ ਨੇ ਹੀ ਜੋ ਵੀ ਦੁਨੀਆ 'ਤੇ ਆਇਆ ਆ ਇੱਕ ਦਿਨ ਉਸਨੇ ਇੱਥੋਂ ਚਲੇ ਜਾਣਾ ਹੈ। ਪਰ ਚੰਗੇ ਮਾੜੇ ਇਨਸਾਨ ਦੇ ਕਰਮਾਂ ਦਾ ਜੋ ਕਿ ਉਹ ਦੁਨੀਆ 'ਤੇ ਰਹਿੰਦਿਆਂ ਕਰਦਾ ਆ ਉਸ ਦਾ ਲੇਖਾ ਉਸਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਦੇਣਾ ਪੈਂਦਾ ਆ। ਇੱਥੇ ਵੀ ਜਿਹਨੇ ਚੰਗੇ ਕੰਮ ਕੀਤੇ ਨੇ, ਚੰਗੇ ਗੁਣ ਕੀਤੇ ਨੇ, ਉਹਦੀ ਵਡਿਆਈ ਹੁੰਦੀ ਆ, ਮਾੜੇ ਕਰਮਾਂ ਵਾਲਿਆਂ ਨੂੰ ਕਾਰਾਂ ਪੈਂਦੀਆਂ ਨੇ। ਸਰਦਾਰ ਤਰਲੋਕ ਸਿੰਘ ਜੀ ਜਿਸ ਪਰਿਵਾਰ ਵਿੱਚ ਪੈਦਾ ਹੋਏ, ਜਿਸ ਪਰਿਵਾਰ ਵਿੱਚ ਇਹਨਾਂ ਦਾ ਜਨਮ ਹੋਇਆ, ਇਹ ਪਰਿਵਾਰ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ। ਇਹ ਅੱਜ ਦੇ ਅਜੋਕੇ ਯੁੱਗ ਦੀ ਅਮੀਰੀ ਵਾਲਾ ਪਰਿਵਾਰ ਨਹੀਂ, ਇਹ ਬੜੇ ਪੁਰਾਤਨ ਸਮੇਂ ਤੋਂ ਹੀ ਪਰਿਵਾਰ 'ਤੇ ਬੜੀ ਅਕਾਲ ਪੁਰਖ ਦੀ ਕਿਰਪਾ ਰਹੀ, ਮਿਹਰ ਰਹੀ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਇਹਨਾਂ ਦੇ ਵਿੱਚ ਪਰ ਪਰਮਾਤਮਾ ਨੇ ਨਾਲ ਹੀ ਇਹਨਾਂ ਨੂੰ ਮਿਠਾਸ ਔਰ ਸਹਿਣਸ਼ੀਲਤਾ ਨਿਮਰਤਾ ਵੀ ਬਖਸ਼ਿਸ਼ ਕੀਤੀ। ਸਰਦਾਰ ਤਰਲੋਕ ਸਿੰਘ ਜੀ ਦੇ ਪਿਤਾ ਜੀ ਸਰਦਾਰ ਬਹਾਦਰ ਸਿੰਘ ਜੀ ਜੋ ਕਿ ਆਪ ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਉਹ ਵੀ ਕਾਲ ਸੇਵਾ ਵਾਲੇ ਮਹਾਂਪੁਰਖਾਂ ਦੇ ਨਾਲ ਚੱਲ ਕੇ ਆਪ ਅਗਰਾਹੀਆਂ ਕਰਦੇ ਹੁੰਦੇ ਸਨ। ਸਰਦਾਰ ਤਰਲੋਕ ਸਿੰਘ ਦੇ ਜੀਵਨ ਬਾਰੇ ਵੀ ਆਪ ਜੀ ਨੂੰ ਪਤਾ ਹੈ ਕਿ ਉਹਨਾਂ ਦੀ ਜ਼ਿੰਦਗੀ ਵੀ ਮੈਂ ਸਮਝਣਾ ਹੈ ਕਿ ਇੱਕ ਸੰਤ ਵਾਂਗੂ ਕਹੀ ਜਾ ਸਕਦੀ ਆ, ਕਿਉਂਕਿ ਸੰਤ ਵੀ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਚੰਗੇ ਕਰਮ ਕਰਦੇ ਨੇ, ਨੇਕ ਕਰਮ ਕਰਦੇ ਨੇ। ਇਹਨਾਂ ਨੇ ਜਿੱਥੋਂ ਤੱਕ ਮੇਰੀ ਸਮਝ ਆ ਕਿ ਸਾਰੀ ਜ਼ਿੰਦਗੀ ਵਿੱਚ ਕਿਸੇ ਦਾ ਕੋਈ ਦਿਲ ਨਹੀਂ ਦਿਖਾਇਆ, ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ,
कोई ठगी नहीं मारी, जो पिता पुरखी जमीन जायदाद सी उस ते दसा नौवां दी किरत करते रहे, फौज विच भी नौकरी की और किरत करद्या वंड छकद्या गुरु नानक साहब के उपदेश से चलद्या ही अपनी सारी जिंदगी बतीत की। इस तरह ही इन्हां दे वड्डे भाई साहब सरदार हरि सिंह जी जो करनल साहब सन, उन्हां भी आप सारे भली भांत जानते हो कि उन्हां दी जिंदगी भी संतां वांगू सी। वो आप सारे वेंदे रहे कि किस तरह कान्हां दी झुग्गियां विच बना के अपना जी कोठियां नूं छड्ड के महलां नूं छड्ड के इत्थे भगती बंदगी करदे रहे। इस परिवार के नाल जो मैं बचन आप जी नाल सांझे कर रहा है ये कोई सुने सुनाए नहीं, ये अखी वेखे और परखे, क्योंकि साड़ी इस परिवार के नाल अज की नहीं लगभग एक सदी पहला 100 साल पहला दी रिश्तेदारी आ। साडे कर्म करते रहिंदे ने, सारी जिंदगी सुखा नाल भी बतीत करते ने, पर साडे चाचा जी नूं अपनी जिंदगी विच जिथे परमात्मा ने बड़े सुख दिते, बड़े चंगे घर दे विच जन्म दिता, बड़े परिवार नाल चंगे धीआं पुत सब कुछ दिता। साडे चाची जी हरदीप कौर जी का भी सुभाव बहुत मिलापड़ा और मिठास वाला सी, असीं छोटे छोटे जदों आउंदे सी उन्हां नूं मिलदे रहे वेखदे रहे, पर परमात्मा ने इन्हां नूं अपनी जिंदगी विच मैं समझना एक दुख भी बहुत वड्डा दिता। जदों साडा भरा मनजीत सिंह की मौत हुई, एक ही बेटा नौजवान उन्हां दा इस दुनिया तो जो परमात्मा ने दिता सी खोलिया, सारे इलाके नूं सारे रिश्तेदारां नूं बड़ा दुख होया। साडे बजुर्गां ने कहना कि मक्खी वालिआं ने तां कदी किसी बंदे नूं भी कदी किसी डंगर नूं भी नहीं गाल कढ़ी होनी, फिर भी परमात्मा ने पता नहीं क्यों ये कहर वापरिया है कि उन्हां नूं इन्ना वड्डा दुख दिता परमात्मा ने। दो भैणां साडियां भैण मनजीत कौर जी छोटी भैण देवी जी उन्हां दा इकलौता भरा परमात्मा ने खोया, ये सब हुक्म दी खेड आ। जो भी परमात्मा दी नीति अपना विधान है वह अपनी विधि मुताबक चलता है। पर सरदार दर्शन सिंह उन्होंने बहुत ही विस्तार पूर्वक बापू जी के जीवन बारे जानना पाया है, जो कि परिवार के बहुत नज़दीकी सी चंगी तरह जानते सी, राह गली छड के भी इन्होंने अपना टाइम कढ के बापू जी के नाल इतने मिल के जाना, उन्होंने को गल करनिया ता ही इन्ना ज़्यादा कुछ जानते हैं, साढ़े ना भी चंगा इन्होंने दस पाए ने। भैन जी बेबी होना बारे भैन जी वे भैन जी बारे भी इन्होंने गल दसी, पर गल है जी देखो बापू जी की सोच का आपां नूं इत्थों पता लगता है कि परिवार को उस टाइम पर पढ़ाया जिस टाइम के उत्ते लोगों को रोटी पानी का गुजर बसर करना मुश्किल होता सीगा। चंगे अफसर बनाए जिस तरह बापू जी ने भी चंगी जॉब की, अंग्रेजों के टाइम से आर्मी के रहे, करनल साहब ने जॉब की, करनल साहब का बेटे आर्मी चो जनरल रिटायर हुए ने। हुण इन्हां दे मैं दो जिया के नाँ लिया तो बिना रह नहीं सकता, साढ़े रब वर्गे श्री अमृत वेले नाँ लैन वाले सरदार करमजीत सिंह जी फुफड़ जी साढ़े, तिन्न तड़क के जरनैल अफसर सरदार शमशेर सिंह। जदों चाचा जी मनजीत सिंह की मौत हुई उस तो बाद इन्हां बाहवा बन के हर टाइम इन्हां दे हाजिर रहे, ऐ नहीं सी लगता कि ये चंडीगढ़ों आ रहे हैं कि मरगिंदपुरे दे विच बैठे ने, इन्होंने उस टाइम पर इन्हां बापू जी का साथ दिता। तो मैं वडवा साहब नूं बेनती करदा है वो 2 मिनट तुहाडे नाल अपने बच्चे सांझे कर। पावन ते पवित्र हजूरी अंदर साढ़े बहुत ही सत्कारयोग सरदार तरलोक सिंह होरां दी अंतम अरदास शामिल गुरु साहिब संगत जी फतेह बुलाओ, वाहिगुरु जी का खालसा वाहिगुरु जी की फतेह। सतगुरु ने जिन्नी जिंदगी दिती सी उन्नी भोग के साडे बजुर्ग परिवार नूं सदा वास्ते विछड़ा दे के चले गए। जाना सबने पर जदों कोई अपना तुर जांदा है भावें जिन्नी मर्जी लंबी उम्र हटा के गया हो उहदा जिहड़ा दुख है उहदा जिहड़ा सदमा है उहनूं शब्दां विच बयान नहीं कीता जा सकदा। साडे बजुर्गां ने
ਕਿਵੇਂ ਦੀ ਜ਼ਿੰਦਗੀ ਹੰਡਾਈ, ਆਪਾਂ ਸਾਰੇ ਉਹਨਾਂ ਨਾਲ ਸਾਂਝ ਰੱਖਣ ਵਾਲੇ ਬੈਠੇ ਸਤਿਗੁਰੂ ਦੇ ਹੁਕਮ ਦੇ ਅੰਦਰ ਰਹਿ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ, ਆਪਣੇ ਪਰਿਵਾਰ ਨੂੰ ਚੰਗੀ ਸਿੱਖਿਆ ਦਿੱਤੀ, ਚੰਗੇ ਸੰਸਕਾਰ ਦਿੱਤੇ। ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ, ਜਿਵੇਂ ਜ਼ਿਕਰ ਵੀ ਹੋਇਆ ਹੈ ਅਤੇ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਨੇ ਸਮਾਜ ਪ੍ਰਤੀ ਵੀ ਔਰ ਦੇਸ਼ ਪ੍ਰਤੀ ਵੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਬੜੀ ਚੰਗੀ ਤਰ੍ਹਾਂ ਨਿਭਾਇਆ। ਪਿੰਡ ਦੇ ਸਰਪੰਚ ਵੀ ਰਹੇ, ਜਿਵੇਂ ਸਰਪੰਚ ਸਾਹਿਬ ਵੀ ਜ਼ਿਕਰ ਕਰਕੇ ਗਏ ਨੇ ਕਿ ਜਦੋਂ ਉਹਨਾਂ ਨੇ ਸਰਪੰਚੀ ਕੀਤੀ ਔਰ ਪਿੰਡ ਦੇ ਸਾਂਝੇ ਕੰਮਾਂ ਵਾਲੇ ਪਾਸੇ ਉਹਨਾਂ ਨੇ ਧਿਆਨ ਦਿੱਤਾ ਔਰ ਬੜੀ ਨੇਕ ਨੀਤੀ ਦੇ ਨਾਲ ਉਹਨਾਂ ਨੇ ਪਿੰਡ ਦੀ ਮੋਹਤ ਬਰੀਕ ਕੀਤੀ ਔਰ ਮੈਨੂੰ ਵੀ ਉਹਨਾਂ ਦਾ ਕਈ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ, ਉਹਨਾਂ ਨਾਲ ਬਚਨ ਬਲਾਸ ਕਰਨ ਦਾ ਮੌਕਾ ਮਿਲਿਆ। ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਮਨੁੱਖ ਨੂੰ ਸ਼ਕਤੀ ਦੇਣ ਵਾਲੀ, ਇੱਕ ਨਵੀਂ ਦਿਸ਼ਾ ਦੇਣ ਵਾਲੀਆਂ, ਨਵੀਂ ਸੇਧ ਦੇਣ ਵਾਲੀਆਂ ਉਹ ਹੁੰਦੀਆਂ ਸਨ। ਪਰ ਹੁਣ ਉਹਨਾਂ ਨੇ ਹਮੇਸ਼ਾ ਹੀ ਬੜੇ ਵਧੀਆ ਬਚਨ ਬਲਾਸ ਕਰਨੇ, ਪਰ ਉਹਨਾਂ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਆਸ਼ੀਰਵਾਦ ਦਿੱਤਾ। ਮੈਨੂੰ ਯਾਦ ਅੱਛਾ, ਮੈਂ 2007 ਦੀ ਇਲੈਕਸ਼ਨ ਵਲਟੋਹਾ ਹਲਕੇ ਤੋਂ ਲੜੀ ਸੀ ਅਤੇ ਇਹ ਇਲਾਕਾ ਉਸ ਸਮੇਂ ਪੱਟੀ ਹਲਕੇ ਸੀ, ਪਰ ਮੈਨੂੰ ਯਾਦ ਹੈ ਕਿ ਮੇਰੀ ਇਲੈਕਸ਼ਨ ਦੇ ਵਿੱਚ ਵੀ ਇਹ ਲੱਕ ਬਣ ਕੇ ਦਿਨ ਰਾਤ ਜਿੱਥੇ ਵੀ ਕਿਤੇ ਸਾਂਝ ਸੀ, ਰਿਸ਼ਤੇਦਾਰੀ ਸੀ, ਆਪਣੀ ਇਲੈਕਸ਼ਨ ਸਮਝ ਕੇ ਉਸ ਸਮੇਂ ਵੀ ਜਾਂਦੇ ਔਰ ਜਦ ਕਦੇ ਵੀ ਕੋਈ ਪਾਰਟੀ ਦਾ ਕੋਈ ਇਲੈਕਸ਼ਨ ਆਈ, ਪ੍ਰੋਗਰਾਮ ਰਾਈ ਪ੍ਰੋਗਰਾਮ ਆਇਆ, ਇਹਨਾਂ ਬਜ਼ੁਰਗਾਂ ਨੇ ਸਾਡਿਆਂ ਨੇ ਹਮੇਸ਼ਾ ਸਹਿਯੋਗ ਦਿੱਤਾ, ਸਾਥ ਦਿੱਤਾ। ਅੱਜ ਨਹੀਂ ਰਹੇ, ਜਿੱਥੇ ਪਰਿਵਾਰ ਨੂੰ ਇਹ ਘਾਟ ਆਈ ਹੈ ਉੱਥੇ ਮੇਰੇ ਵਰਗਿਆਂ ਨੂੰ ਵੀ ਉਹਨਾਂ ਦੇ ਤੁਰ ਜਾਣ ਦੇ ਨਾਲ ਘਾਟ ਆਈ ਹੈ। ਸੋ ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਜਿਹੋ ਜਿਹੀ ਉਹ ਜ਼ਿੰਦਗੀ ਹੰਢਾ ਕੇ ਗਏ ਨੇ, ਜਿਸ ਤਰ੍ਹਾਂ ਦਾ ਜੀਵਨ ਗੁਜ਼ਾਰ ਕੇ ਗਏ ਨੇ, ਅਸਲ 'ਚ ਇਹੀ ਜੀਵਨ ਹੈ। ਅਖੀਰ ਆਪਾਂ ਵੀ ਤੁਰ ਜਾਣਾ। ਮਨੁੱਖ ਨੂੰ ਗੁਰਬਾਣੀ ਦੇ ਵਿੱਚ ਵਾਰ ਵਾਰ ਇਹੀ ਸਿੱਖਿਆ ਦਿੱਤੀ ਕਿ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ, ਕਿ ਤੈਨੂੰ ਖਤਮ ਹੋਣੀ। ਭਾਈ ਸਾਹਿਬ ਕੀਰਤਨ ਕਰ ਰਹੇ ਸੀ ਅਤੇ ਉਹਨਾਂ ਨੇ ਗੁਰਬਾਣੀ ਦੀ ਤੁਕ ਪੜ੍ਹੀ ਸੀ, ਐਸਾ ਵਪਾਰ ਕਰੋ ਵਪਾਰ। ਆਪਾਂ ਵਪਾਰ ਕਰਨ ਵਾਸਤੇ, ਪਰ ਵਪਾਰ ਇਹੀ ਨਹੀਂ ਕਿ ਧਨ ਦੌਲਤ, ਵਪਾਰ ਇਹੀ ਹੈ ਕਿ ਉਹਦੇ ਦੱਸੇ ਹੋਏ ਰਸਤੇ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਗੁਜ਼ਾਰਿਆ, ਨਾਮ ਸਿਮਰਨ ਦਾ ਵਪਾਰ ਕਰਕੇ ਇਸ ਦੁਨੀਆ ਤੋਂ ਜਾਣਾ। ਔਰ ਸਾਡੇ ਬਜ਼ੁਰਗਾਂ ਨੇ ਉਹ ਕਮਾਈ ਕੀਤੀ ਔਰ ਨਿਸ਼ਚੇ ਇਹੋ ਜਿਹੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ, ਇਹੋ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਉਹਦੀ ਦਰਗਾਹ ਦੇ ਵਿੱਚ ਨਿਸ਼ਚੇ ਇਮਾਨ ਮਿਲਦਾ, ਸਤਿਕਾਰ ਮਿਲਦਾ। ਸੋ ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦੀ ਸਤਿਗੁਰੂ ਸਮਰੱਥਾ ਅਤੇ ਸ਼ਕਤੀ ਬਖਸ਼ਣ। ਇਹਨਾਂ ਸ਼ਬਦਾਂ ਨਾਲ ਹੀ ਆਪਣੇ ਬਜ਼ੁਰਗਾਂ ਨੂੰ ਦਿਲ ਦੀਆਂ ਗਹਿਰਾਈਆਂ 'ਚ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਖਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਟਾਈਮ ਯਾਦ ਕਰਾ ਦਿੱਤਾ ਜਦੋਂ ਇਲੈਕਸ਼ਨ ਦੇ ਵਿੱਚ ਅਸੀਂ ਦੇਸ਼ ਪ੍ਰਤਾਪ ਦੇ ਨਾਲ ਇੱਧਰ ਫਿਰ ਰਹੇ ਸੀਗੇ, ਦੇਸ਼ ਪ੍ਰਤਾਪ ਕਰਨ ਦੀ ਇਲੈਕਸ਼ਨ ਲੜ ਰਹੇ ਸੀ ਅਤੇ ਬਾਪੂ ਜੀ ਦਾ ਫੋਨ ਆਇਆ। ਰਾਜਨ ਕਹਿੰਦਾ ਬਾਪੂ ਜੀ ਨਾਲ ਗੱਲ ਕਰ। ਬਾਪੂ ਜੀ ਕਹਿੰਦੇ ਵੀ ਇੱਧਰ ਤਾਂ ਇਲੈਕਸ਼ਨ ਲੜੀ ਜਾ ਰਹੇ ਹਾਂ ਆਪਾਂ, ਠੀਕ ਹੈ, ਅਤੇ ਇੱਧਰ ਕੀ ਕਰਨਾ, ਇੱਧਰ ਵੀ ਆਪਣੀਆਂ ਰਿਸ਼ਤੇਦਾਰੀਆਂ ਹੈਗੀਆਂ। ਫਿਰ ਮੈਂ ਆਇਆ ਜੀ, ਨਾਲ ਬਾਪੂ ਜੀ ਨੂੰ ਬਿਠਾਇਆ, ਰਾਜਨ ਗਿਆ, ਮੇਰਾ ਛੋਟਾ ਵੀਰ ਗੁਰਮੀਤ, ਅਸੀਂ ਗਏ
ਫਿਰ ਜਿੱਥੇ ਜਿੱਥੇ ਸਾਂਝਾਂ ਸੀ ਰਿਸ਼ਤੇਦਾਰੀਆਂ ਸੀ ਉੱਥੇ ਕਿਹਾ ਵੀ ਬਾਦਲ ਦੇ ਹੱਥ ਮਜ਼ਬੂਤ ਕਰਨੇ ਆ, ਵਿਰਸਾ ਸਿੰਘ ਬਲਟੋਹਾ ਵਧੀਆ ਬੰਦਾ ਆਪਾਂ ਨੂੰ ਜਿੱਤਾਂ, ਅਤੇ ਕੁਛ ਸਿੰਘ ਨਾਲ ਸੀ ਜਿਹੜਾ ਨਹੀਂ ਸੀ ਨਾਲ ਉਹਨੂੰ ਨਾਲ ਲੈ ਲਿਆ, ਜਿਹੜੇ ਨਾਲ ਸੀ ਉਹਨਾਂ ਨੂੰ ਤੇਜ਼ ਕਰ ਲਿਆ, ਚੰਗੀ ਨੀਤ ਚੰਗੀ ਸੋਚ ਵਾਲੇ ਬੰਦੇ ਸੀ, ਜਿੱਥੇ ਜਾਂਦੇ ਸੀ ਉਹਨਾਂ ਨੂੰ ਕੋਈ ਨਾ ਹੀ ਨਹੀਂ ਸੀ ਕਰਦਾ, ਕੋਈ ਬੰਦਾ ਮਨਾ ਨਹੀਂ ਸੀ ਕਰ ਸਕਦਾ ਵੀ ਬਾਪੂ ਜੀ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ, ਉਹ ਹਾਂ ਕਰਾ ਕੇ ਹੀ ਉੱਠਦੇ ਸੀਗੇ। ਬਾਕੀ ਸਾਡਾ ਵੀਰ ਗੁਰਵਿੰਦਰ ਸਿੰਘ ਆਸਟ੍ਰੇਲੀਆ ਬੈਠਾ, ਗੱਲ ਹੋਈ ਸੀ ਉਹਦੇ ਵੱਲੋਂ, ਅਤੇ ਵੀਰ ਹਰਦਿੰਦਰ ਸਿੰਘ ਜੋ ਸਕੂਲ ਦੀ ਕਮੇਟੀ ਦੇ ਚੇਅਰਮੈਨ ਨੇ, ਸੇਵਾ ਨਿਭਾ ਰਹੇ, ਉਹਨਾਂ ਵੱਲੋਂ ਆਈ ਸੰਗਤ ਦਾ ਧੰਨਵਾਦ, ਉਹਨਾਂ ਦਾ ਹੁਕਮ ਹੈ, ਬੇਨਤੀ ਹੈ ਕਿ ਆਈ ਸੰਗਤ ਪ੍ਰਸ਼ਾਦਾ ਆਪਣੀ ਛੱਕ ਕੇ ਜਾਣਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ।